ਇਹ ਬੰਦਾ ਕਵਾਤਰਾ ਇੱਦਾਂ ਕਰਦਾ, ਪੁੱਛਦਾ ਪੈਲੀ ਕਿੰਨੀ ਆ, ਕੀ ਹਿਸਾਬ ਕਿਤਾਬ ਆ, ਜੇ ਬੰਦੇ ਦੇ ਕਿਸੇ ਦੇ ਕੋਲੋਂ 1 ਕਿੱਲਾ ਜ਼ਮੀਨ ਦਾ ਵੀ ਹੈਗਾ, ਕਹਿੰਦਾ ਤੁਹਾਡੇ ਕੋਲ ਜ਼ਮੀਨ ਹੈਗੀ, ਮੈਂ ਨਾ ਵੀ ਅੱਜ 5 ਕਿੱਲਿਆਂ ਦੇ ਵਿੱਚ ਕੋਈ ਬੰਦਾ ਜੇ ਕੋਈ ਬਾਹਰੋਂ ਕੰਮ ਨਹੀਂ ਕਰਦਾ, ਉਹਨੂੰ ਕਹਿ ਵੀ ਆਪਣਾ ਚੰਗੀ ਤਰ੍ਹਾਂ ਗੁਜ਼ਾਰਾ ਕਰਕੇ ਵਿਖਾਲ ਦੇ, ਉਹਦੀ ਉਹ ਹੈਂਡ ਤੋਂ ਮਾਊਥ ਰਹੂਗਾ, ਉਹਦੇ ਕੋਲ ਜਿੰਨੇ ਕਹੋਗੇ ਖਰਚੇ ਜਾਣਗੇ, ਹੋਰ 5-7 ਆ ਜਾਣਗੇ, ਉਹ ਖਰਚੇ ਜਾਣਗੇ। ਸੋ ਤੁਸੀਂ ਕਦੀ ਜ਼ਿੰਦਗੀ ਦੇ ਵਿੱਚ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਅਮਰੀਕਾ ਤੋਂ ਜਾ ਕੇ ਉੱਥੇ ਭੇਡਾਂ ਖੜੀਆਂ ਹੁੰਦੀਆਂ ਵਾ ਉਹਦੇ ਸਿਰਾਣੇ, ਵੀ ਹਾਂਜੀ ਦੱਸੋ ਕਿਹੜੇ ਬਈਏ ਨੂੰ ਪੈਸੇ ਦੇਣੇ ਆ, ਕਿਹੜੇ ਬਈਏ ਨੂੰ ਪੈਸੇ ਦੇਣੇ ਆ, ਇਹ ਪੁੱਛਦੇ ਆ ਉੱਥੇ ਜਾ ਕੇ। ਕੀ ਗੱਲ, ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਆਲੇ ਦੁਆਲੇ, ਕੋਈ ਤੁਹਾਡੀ ਰਿਸ਼ਤੇਦਾਰੀ ਦੇ ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਹੈਗਾ, ਸਾਰਾ ਹੀ ਐਡਾ ਪਿੰਡ ਤੁਹਾਡਾ ਸਿਖਾਲਾ ਵਾ, ਜਾਂ ਸਾਰਾ ਹੀ ਤੁਹਾਡਾ ਮਤਲਬ ਕਿ ਇਲਾਕਾ ਇੰਨਾ ਸਿਖਾਲਾ, ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਲਾਗੇ ਛਾਗੇ ਸਾਰੇ ਹੀ ਇੰਨੇ ਸਿਖਾਲੇ ਆ, ਵੀ ਤੁਸੀਂ ਲੁਧਿਆਣੇ ਤੱਕ ਜਾਂਦੇ ਹੋ ਅਮੈਰੀਕਾ ਤੋਂ ਜਾਂ ਕੈਨੇਡਾ ਦੇ ਉੱਤੋਂ। ਆਪਾਂ ਵਧਣ ਕਿੱਧਰ ਨੂੰ ਲੱਗੇ ਹਾਂ, ਆਪਾਂ ਵਧਣ ਡਏ ਹਾਂ ਉਸ ਬੰਨੇ ਨੂੰ ਵੀ ਜਿਹੜਾ ਸਾਡਾ ਰਾਹ ਹੀ ਨਹੀਂ ਹੈਗਾ। ਤੁਸੀਂ ਇੱਕ ਗੱਲ ਦਾ ਨਾ ਬੜਾ ਰੌਲਾ ਪਾਇਆ ਸੀ, ਮੈਂ ਤੁਹਾਨੂੰ ਇੰਨੀ ਗੱਲ ਦੱਸਣੀ ਚਾਹੁੰਦਾ ਵੀ ਇੱਕ ਗੱਲ ਦਾ ਬੜਾ ਰੌਲਾ ਪਾਇਆ ਸੀ ਆਪਾਂ, ਜਦੋਂ ਮੈਂ ਇੰਨੀ ਗੱਲ ਕਹਿਤੀ ਵੀ ਜੇ ਬਾਬੇ ਨਾਨਕ ਦੇ ਸਿਧਾਂਤ ਦੇ ਵਿੱਚ ਸਿੱਖ ਨਹੀਂ ਆਉਂਦੇ ਤਾਂ ਫਿਰ ਆਪਾਂ ਨੂੰ ਸਿਧਾਂਤ ਜਿਹੜਾ ਵਾ ਉਹ ਬਦਲਣਾ ਚਾਹੀਦਾ, ਵੀ ਸਿੱਖ ਵੀ ਉਸ ਸਿਧਾਂਤ ਦੇ ਵਿੱਚ ਲਿਆਉਣੇ ਚਾਹੁੰਦੇ। ਚਲੋ ਮੇਰੇ ਕਹਿਣ ਦੇ ਵਿੱਚ ਫਰਕ ਆ ਗਿਆ ਹੋਊਗਾ ਕੋਈ ਇੱਕ ਗੱਲ ਦਾ, ਵੀ ਮੈਂ ਇਹੋ, ਮੇਰਾ ਕਹਿਣ ਦਾ ਮਤਲਬ ਇਹੋ ਸੀ ਵੀ ਆਪਾਂ ਬਾਬੇ ਨਾਨਕ ਦੇ ਫਲਸਫੇ ਦੇ ਵਿੱਚ ਸਿੱਖ ਲੰਬੇ ਕਰੀ ਜਾਣ ਰਹੇ ਹਾਂ, ਅਤੇ ਬਾਬੇ ਨਾਨਕ ਦਾ ਤਾਂ ਪਹਿਲਾਂ ਫਲਸਫਾ ਹੀ ਕਿਰਤ ਵਾ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਬਾਬਾ ਨਾਨਕ ਆਪ ਕਿਰਤ ਕਰਦਾ ਰਿਹਾ, ਉਹਨੇ ਕਿਰਤ ਕਰਕੇ ਖਾਧਾ, ਕਿਰਤ ਕਰਕੇ ਹੀ ਉਹਨੇ ਆਪਣਾ ਜੀਵਨ ਚਰਿਆ ਕੀਤੀ, ਅਤੇ ਇਹ ਜਿਹਨੂੰ ਤੁਸੀਂ ਰੱਬ ਬਣਾਈ ਜਾਣ ਡਿਆ ਇਹ ਕਿਹੜੀ ਕਿਰਤ ਕਰਦੇ ਆ, ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਲੋਕਾਂ ਦਾ ਪੈਸਾ ਜਿਹੜਾ ਵਾ ਉਹ ਮਤਲਬ ਕਿ ਇੱਦਾਂ ਹੀ ਵੰਡ ਵਰਤ ਕੇ ਵਿੱਚੋਂ ਆਪਣੇ ਜਿੰਨੇ ਮਰਜ਼ੀ ਆਪਣੇ ਪੂਰੇ ਕਰਨੇ ਆ। ਮੈਂ ਜਿਹੜੀ ਗੱਲਬਾਤ ਅੱਗੇ ਇੱਕ ਦਿਨ ਲਿਖੀ ਸੀ ਵੀ ਜਿਹੜੇ ਬੰਦੇ ਦੇ ਕੋਲ ਜਿਹੜਾ ਬੰਦਾ ਪੈਸੇ ਭੇਜਦਾ ਨਾ, ਉਹ ਬੰਦੇ ਦੇ ਕੋਲੋਂ ਕੋਈ ਪੁਰਾਣਾ ਫੋਨ ਹੋਊਗਾ ਸ਼ਾਇਦ ਉਹਨੇ ਲਿਆ ਵੀ ਨਹੀਂ ਹੋਗਾ, ਮੇਰੇ ਕੋਲ ਵੀ ਮੇਰੇ ਹਿਸਾਬ ਦੇ ਨਾਲ ਇੱਕ ਫੋਨ ਜਿਹੜਾ S20 ਆ ਅਤੇ ਆਹ ਇੱਕ S22 ਆ, ਅਤੇ ਇਹ ਆ ਵੀ ਉਹ ਇਹਨਾਂ ਬੰਦਿਆਂ ਦੇ ਕੋਲੋਂ ਵੇਖ ਲਓ ਫੋਨ ਕਿਹੜੇ ਆ, ਗੱਡੀਆਂ ਕਿਹੜੀਆਂ। ਮੈਂ 8-9 ਲੱਖ ਰੁਪਇਆ ਕਮਾਉਣ ਡਿਆ ਵਾਂ ਮਹੀਨੇ ਦਾ, ਅਤੇ ਮੇਰੇ ਘਰ ਦੇ ਵਿੱਚ ਆਲਟੋ ਆ, ਉਹ ਵੀ ਮੈਂ ਲੈ ਕੇ ਦਿੱਤੀ ਮੇਰੇ ਪਿਓ ਨੇ ਆਪਣੀ ਕਮਾਈ ਦੀ ਲਈ ਆ, ਉਹਨੂੰ ਮੈਂ ਗੱਡੀ ਲੈ ਕੇ ਦੇ ਨਹੀਂ ਸਕਿਆ ਅੱਜ ਤੱਕ। ਅਤੇ ਇਹਨਾਂ ਦੇ ਕੋਲੋਂ ਵੇਖ ਲਓ ਇਹਨਾਂ ਦੇ ਕੋਲੋਂ ਕਿਹੜੀਆਂ ਗੱਡੀਆਂ, ਇਹਨਾਂ ਦੇ ਕੋਲੋਂ 6-6-7 ਲੱਗੀਆਂ ਹੋਣਗੀਆਂ, ਗੱਡੀ ਚੰਗੀ, ਪਰਫਿਊਮ ਵੀ ਚੰਗੇ ਪਾਏ ਹੋਣਗੇ, ਕੱਪੜੇ ਵੀ ਚੰਗੇ ਪਾਏ ਹੋਣਗੇ, ਕਰਨਾ ਕੀ ਆ, ਇੱਕ ਵੀਡੀਓ ਬਣਾਉਣੀ ਆ, ਵੀਡੀਓ ਦੇ ਪਿੱਛੇ ਸਾਈਡ ਜਾਂ ਮਿਊਜ਼ਿਕ ਲਾਉਣਾ ਵਾ, ਅਤੇ ਬੰਦਾ ਚੁੱਕ ਕੇ ਲੈ ਜਾਣਾ ਮੁੜ ਕੇ ਉੱਥੇ, ਉਹਨਾਂ ਬੰਦਿਆਂ ਨੂੰ ਸਾਂਭਣ ਲਈ ਹੋਰ ਗੱਡੀ ਆਪਣੇ ਰਿਸ਼ਤੇਦਾਰ ਰੱਖੇ ਬੰਦੇ। ਆਪਾਂ ਯਾਰ ਵਧਣ ਕਿੱਧਰ ਨੂੰ ਡਏ ਹਾਂ, ਅਸੀਂ ਆਪਣੇ ਬਜ਼ੁਰਗ ਆਪਣੇ ਘਰਾਂ ਦੇ ਵਿੱਚ ਸਾਂਭਣੇ ਹਾਂ ਜਾਂ ਆਪਣੇ ਬਜ਼ੁਰਗਾਂ ਨੂੰ ਧੱਕਾ ਦੇਣਾ ਵਾ। ਮੰਨ ਲਿਆ ਜੇ 100-200-500 ਪਰਿਵਾਰ ਦੇ ਪਿੱਛੇ ਇੱਕ ਬਜ਼ੁਰਗ ਜਿਹੜਾ ਵਾ ਇਕੱਲਾ ਰਹਿ ਜਾਂਦਾ ਵਾ, ਹੈ ਨਾ, ਕੋਈ ਇਕੱਲਾ ਰਹਿ ਜਾਂਦਾ ਵਾ, ਠੀਕ ਆ, ਉਹਨੂੰ ਕੋਈ ਨਹੀਂ ਸਾਂਭਦਾ, ਚੱਲ ਮੰਨਦੇ ਹਾਂ ਇੱਦਾਂ ਦਾ, ਪਰ ਇਹ ਤਾਂ ਬਈਏ ਲਿਆਣ ਕੇ ਤਾਂ ਆਪਣੇ ਉੱਥੇ ਸਾਂਭੀ ਜਾਣ ਡਿਆ, ਇੱਕ ਦੋ ਬਜ਼ੁਰਗ ਸਾਹਮਣੇ ਜਿਹੜੇ ਸਰਦਾਰ ਰੱਖੇ ਆ, ਜਿਹੜੇ ਵਿਖਾਲਣ ਨੂੰ ਉਹ ਵੀ ਪਤਾ ਨਹੀਂ ਪੰਜਾਬੀ ਹੈਗੇ ਆ ਜਾਂ ਨਹੀਂ, ਉਹਨਾਂ ਨੂੰ ਉੱਦਾਂ ਹੀ ਦਾੜੀਆਂ ਰਖਾ ਕੇ ਪਰਨੇ ਬਣਾਏ ਆ। ਅਸੀਂ 50-50 ਹਜ਼ਾਰ 1.5-1.5 ਲੱਖ ਦਾ ਆਰਕੈਸਟਰਾ ਕਰ ਲੈਂਦੇ ਹਾਂ ਵਿੱਚ, ਉਹਦੇ ਵਿੱਚ ਸੱਭਿਆਚਾਰ ਪ੍ਰੋਗਰਾਮ ਦੇ ਨਾਂ ਦੇ ਵਿੱਚ ਕੁੜੀਆਂ ਨਚਾਈ ਜਾਂਦੇ ਹਾਂ, ਸਾਡੇ ਬੁੱਢੇ ਜਿਹੜੇ ਆ, ਬੁੱਢੇ ਠੇਰੇ ਜਿਨ੍ਹਾਂ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ, ਬੁੱਢੜੀਆਂ ਜਿਨ੍ਹਾਂ ਜਿਹੜੀਆਂ ਗੁਰਦੁਆਰੇ ਜਾ ਕੇ ਕਹਿੰਦੀਆਂ ਹਾਏ ਮੇਰਾ ਗੋਡਾ, ਗੁਰਦੁਆਰੇ ਬਹਿਣ ਲੱਗਿਆਂ ਹਾਏ ਮੇਰਾ ਗੋਡਾ, ਉਹ ਥੱਲਿਓਂ ਬਹਿ ਬਹਿ ਕੇ ਉੱਠਦੀਆਂ ਵਾ ਕੌਰਬੀ ਦੇ ਗਾਣੇ ਦੇ ਉੱਤੇ। ਜਿਹੜੇ ਬੁੱਢੇ ਬੁੱਢਿਆਂ ਨੂੰ ਮਤਲਬ ਪੱਠਿਆਂ ਦੀ ਪੰਡ ਨਹੀਂ ਚੁਕਾਈ ਜਾਂਦੇ, ਉਹ ਜੱਫੀਆਂ ਪਾ ਪਾ ਕੇ ਕੁੜੀਆਂ ਨੂੰ ਚੱਕੀ ਫਿਰਦੇ ਆ ਉੱਥੇ, ਜਿਹੜੀਆਂ ਗਾਉਣ ਵਾਲੀਆਂ ਵਾ, ਜਿਹੜੀਆਂ ਨੱਚਦੀਆਂ ਵਾ ਉੱਥੇ ਆਣ ਕੇ, ਉਦੋਂ ਪਤਾ ਨਹੀਂ ਇਹਨਾਂ ਦੇ ਵਿੱਚ ਪਾਵਰ ਕਿੱਥੋਂ ਆ ਜਾਂਦੀ ਹੈ, ਜਿਹੜੀ ਪਾਵਰ ਇਹਨਾਂ ਦੀ ਗੁਰੂ ਘਰ ਦੇ ਵਿੱਚ ਜਾ ਕੇ ਖਤਮ ਹੋ ਜਾਂਦੀ ਹੈ, ਫਿਰ ਕਹਿੰਦੇ ਸਾਡੇ ਧਰਮ 'ਚ ਨਿਗਾਰ ਆ ਗਿਆ, ਸਾਡੇ ਹਾਲਾਤ ਮਾੜੇ ਹੋ ਗਏ, ਸਾਡਾ ਇੱਦਾਂ ਹੋ ਗਿਆ, ਉੱਦਾਂ ਹੋ ਗਿਆ।